ਠੀਕ ਹੈ, ਉਹਨਾਂ ਦੀ ਬਾਡੀ ਜਿਹੜੀ ਹੈਗੀ ਆ ਬਰਦਾਸ਼ਤ ਨਹੀਂ ਕਰ ਸਕਦੀ ਅਲਟਰਾਵਾਇਲਟ ਦੀ ਇਫੈਕਟ ਨੂੰ, ਮਾਰੂ ਪ੍ਰਭਾਵ ਨੂੰ, ਤੇ ਉਹਨਾਂ ਦੇ ਵਿੱਚ ਮਿਊਟੇਸ਼ਨ ਆ ਜਾਂਦੀ ਆ। ਮਿਊਟੇਸ਼ਨ ਦੇ ਨਾਲ ਕੀ ਆ ਜਾਂਦਾ, ਕੈਂਸਰ ਹੋ ਜਾਂਦਾ, ਚਮੜੀ ਦਾ ਕੈਂਸਰ। ਠੀਕ ਹੈ, ਹੋਰ ਸੰਜੇ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਗਈ ਆ, ਇਮਿਊਨ ਸਿਸਟਮ ਕਮਜ਼ੋਰ ਹੋ ਰਿਹਾ, ਦਿਨ ਦਿਨ ਵੰਨ ਸੁਵੰਨੇ ਰੋਗ ਘੇਰਾ ਪਾ ਰਹੇ ਆ। ਠੀਕ ਹੈ, ਇਸ ਤੋਂ ਇਲਾਵਾ ਸਾਡੀ ਫੂਡ ਚੇਨ ਡਿਸਟਰਬ ਹੋ ਰਹੀ ਆ। ਫੂਡ ਚੇਨ ਡਿਸਟਰਬ ਕਿਵੇਂ, ਸਾਨੂੰ ਛੱਪੜ ਆ, ਛੱਪੜ ਦੇ ਵਿੱਚ ਨਿੱਕੀਆਂ ਮੱਛੀਆਂ, ਨਿੱਕੀਆਂ ਮੱਛੀਆਂ ਨੂੰ ਵੱਡੀਆਂ ਮੱਛੀਆਂ ਖਾਂਦੀਆਂ, ਵੱਡੀਆਂ ਮੱਛੀਆਂ ਨੂੰ ਫਿਰ ਅੱਗੇ ਬਰਡਸ ਖਾਂਦੇ ਆ, ਬਰਡਸ ਨੂੰ ਅੱਗੋਂ ਵਰਗਾ ਹੋਰ ਕਾਰਨੀਵੋਰਸ ਖਾਂਦੇ ਆ। ਇੱਕ ਫੂਡ ਚੇਨ ਹੁੰਦੀ ਆ, ਜਦੋਂ ਪਾਣੀ ਦੇ ਵਿੱਚ ਅਲਟਰਾਵਾਇਲਟ ਰੇਸ ਜਿਹੜੀਆਂ ਮਿਕਸ ਹੋ ਜਾਣਗੀਆਂ ਤਾਂ ਉਹਨਾਂ ਜਿਹੜਾ ਪਊਗਾ ਨਿੱਕੀਆਂ ਮੱਛੀਆਂ ਦਾ ਨਹੀਂ ਮਿਲੂਗਾ। ਇਹ ਸਾਰੀ ਹੋਰ ਫੂਡ ਚੇਨ ਡਿਸਟਰਬ ਹੋ ਰਹੀ ਆ। ਠੀਕ ਹੈ, ਇਸ ਤੋਂ ਇਲਾਵਾ ਜਿਹੜੀ ਅਕੁਆਟਿਕ ਲਾਈਫ ਆ, ਪਾਣੀ ਦੇ ਵਿੱਚ ਜੀਵਨ ਆ, ਉਹ ਸਾਰਾ ਡਿਸਟਰਬ ਹੋ ਰਿਹਾ, ਖਤਮ ਹੋ ਰਿਹਾ, ਕਈ ਪ੍ਰਜਾਤੀਆਂ ਖਤਮ ਹੋ ਰਹੀਆਂ। ਠੀਕ ਹੈ, ਇਸ ਤੋਂ ਇਲਾਵਾ ਧਰਤੀ ਦੇ ਜਿਹੜੇ ਪਲਾਂਟਸ ਆ, ਕਈ ਭਾਗ ਵਿੱਚ ਮੌਜੂਦ ਹੁੰਦੀ ਆ, ਬੋਲੋ ਅਜੋਨੋ ਸਫੀਅਰ, ਸਟ੍ਰੈਟੋਸਫੀਅਰ ਦਾ ਫਰਦਰ ਪਾਰਟ ਅਜੋਨੋ ਸਫੀਅਰ। ਮੈਂ ਨਾਲ ਆਵਾਂ, ਅਸੀਂ ਆਪ ਹੀ ਉੱਠ ਪੜੋਂਗੇ। ਬੋਲ ਦੋ ਆਪਦੇ ਆਪ ਹੀ। ਹਾਂ ਠੀਕ ਹੈ, ਵੈਰੀ ਗੁੱਡ। ਕਿਸੇ ਬੱਚੇ ਨੇ ਤਾਂ ਸੁਣਿਆ, ਕੋਈ ਤਾਂ ਕਦਰਦਾਰ ਹੁੰਦੇ ਹੀ ਆ। ਕਈ ਕਈ ਸਮਝਦੇ ਬਸ ਗਰਮੀ ਲੱਗੀ ਜਾਂਦੀ ਤਾਂ ਨਿਕਲ ਗਏ ਇੱਥੋਂ ਫਟਾਫਟ। ਵੈਰੀ ਗੁੱਡ। ਲਗਾਤਾਰ ਜੰਗਲਾਂ ਦੀ ਕਟਾਈ, ਏਸੀ ਫਰਿੱਜਾਂ ਦੇ ਵਿੱਚੋਂ ਨਿਕਲ ਵਾਲੇ ਕਲੋਰੋ ਫਲੋਰੋ ਕਾਰਬਨ ਜ਼ਿੰਮੇਵਾਰ। ਠੀਕ ਹੈ, ਹੋਪ ਕਰਦੀ ਹਾਂ ਕਿ ਤੁਹਾਨੂੰ ਥੋੜ੍ਹੀ ਮੋਟੀ ਤਾਂ ਤੁਹਾਡੇ ਦਿਮਾਗ ਦੇ ਵਿੱਚ ਪਿਆ ਹੀ ਹੋਊਗਾ। ਠੀਕ ਹੈ, ਕਈਆਂ ਦੇ ਜ਼ਿਆਦਾ ਅਤੇ ਕਈਆਂ ਦੇ ਥੋੜ੍ਹਾ, ਜਿਨ੍ਹਾਂ ਨੇ ਸੀਰੀਅਸਲੀ ਸੁਣਿਆ ਉਹਨਾਂ ਨੂੰ ਜ਼ਰੂਰ ਪਿਆ ਹੋਊਗਾ। ਵੈਰੀ ਗੁੱਡ।